हेलो गाइस वेलकम टू योर YouTube चैनल सो आज ਆਪਾਂ ਕਰਨ ਜਾ ਰਹੇ ਆ ਕਿਉ ਕਾਰਡ ਟॉक अबाउट अ टीवी शो यू लाइक टू वॉच ਇੱਕ ਨੂੰ ਆਪਾਂ ਟੀਵੀ ਸ਼ੋ ਦੱਸਣਾ ਹੈ ਜਿਹੜਾ ਆਪਾਂ ਨੂੰ ਵੇਖਣਾ ਬਹੁਤ ਪਸੰਦ ਆਂਦਾ ਠੀਕ ਹੈ ਕੋਈ ਵੀ ਟੀਵੀ ਸ਼ੋ ਸਕਦਾ ਹੈ ਇੱਥੇ ਕੀ ਮੈਂ ਆਪਣੀ ਚੋਇਸ ਦਾ ਟੀਵੀ ਸ਼ੋ ਦੱਸਿਆ ਆਇਆ ਫਰਸਟਲੀ ਆਪਾਂ ਕੀ ਲਿਖਣਾ ਹੁੰਦਾ ਹੈ ਕਿ ਕੁਐਸਚਨਸ ਕੀ ਆਪਾਂ ਨੂੰ ਐਗਜ਼ਾਮੀਨਰ ਨੇ ਪੁੱਛਿਆ ਕੀ ਆ ਵਟ ਇਜ਼ द ਪ੍ਰੋਗਰਾਮ ਅਬਾਊਟ ਪ੍ਰੋਗਰਾਮ ਹੈਗਾ ਕੀ ਦੇ ਬਾਰੇ ਆ when do you watch it ਤੁਸੀਂ ਕਦੋਂ ਉਹ ਨੂੰ ਵੇਖਦੇ ਹੋ who do you watch it with ਤੁਸੀਂ ਕਿਹਦੇ ਨਾਲ ਇਹ ਸ਼ੋਅ ਵੇਖਦੇ ਹੋ why do you like to watch it ਤੁਹਾਨੂੰ ਇਹ ਪ੍ਰੋਗਰਾਮ ਵੇਖਣਾ ਕਿਉਂ ਪਸੰਦ ਆ ਚਾਰ ਕੁਐਸਚਨਸ ਉਹਨਾਂ ਨੇ ਪੁੱਛੇ ਆਪਾਂ ਨੂੰ ਆਪਾਂ ਨੇ ਇਹਨਾਂ ਚਾਰ ਕੁਐਸਚਨਸ ਦੇ ਉੱਪਰ ਹੀ ਕੀ ਆਪਣਾ ਕਯੂ ਕਾਰਡ ਸਾਰਾ ਬਣਾਣਾ ਹੈ ਓਕੇ ਓਕੇ ਸਟਾਰਟ ਕਰਦੇ ਆਂ ਵੈਲ In my childhood I used to watch plethora of television programs. ਕਿ ਬਚਪਨ ਦੇ ਵਿੱਚ ਮੈਂ ਬਹੁਤ ਸਾਰੇ ਟੈਲੀਵਿਜ਼ਨ ਸ਼ੋਅਸ ਦੇਖਦੀ ਹੁੰਦੀ ਸੀ। But but ਦੀ ਜਗ੍ਹਾ ਤੁਸੀਂ however ਵੀ ਬੋਲ ਸਕਦੇ ਹੋ। But nowadays I have a busy schedule. ਕਿ ਜਿਹੜਾ ਮੇਰਾ ਹੁਣ ਟਾਈਮ ਟੇਬਲ ਆ ਉਹ ਬਹੁਤ ਮਤਲਬ ਬੜਾ ਬਿਜ਼ੀ ਆ। ਕਿ ਮਤਲਬ ਮੈਨੂੰ ਇਨਾ ਟਾਈਮ ਨਹੀਂ ਹੁੰਦਾ ਕਿ ਮੈਂ ਪ੍ਰੋਗਰਾਮਸ ਦੇਖਾਂ ਐਂਡ ਆਈ ਵਾਚ ਓਨਲੀ ਵਨ ਸ਼ੋਅ ਮਤਲਬ ਜ਼ਿਆਦਾ ਟਾਈਮ ਨਹੀਂ ਹੈਗਾ ਜਿੰਦੇ ਕਰਕੇ ਸਿਰਫ ਉਹਨੇ ਇੱਕ ਹੀ ਸ਼ੋਅ ਦੇਖਦੀ ਆ ਇਟ ਇਜ਼ ਨਾ ਨੈਦਰ ਦੈਨ ਇਹ ਹੋਰ ਕੋਈ ਨਹੀਂ ਇਹ ਹੈਗਾ ਏ ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ ਠੀਕ ਹੈ the presenter of this program is one of the famous comedian kapil sharma ki jehda is show da presenter aa jehda is show da matlab main jaan aa show di oh kaun aa ek bahut hi famous comedian kapil sharma in this program he invite celebrities cricketers singers politicians and so on a program de vich aschal ch karde ki aa ਉਹ ਇਨਵਾਈਟ ਕਰਦੇ ਆ ਸੈਲੀਬ੍ਰਿਟੀਜ਼ ਨੂੰ ਠੀਕ ਆ ਜਿਵੇਂ ਉਹਗੇ ਕ੍ਰਿਕਟਰਸ ਹੋਗੇ ਸਿੰਗਰਸ ਹੋਗੇ ਪੋਲੀਟੀਸ਼ੀਅਨਸ ਹੋਗੇ ਤੇ ਹੋਰ ਬਹੁਤ ਸਾਰੇ ਸੈਲੀਬ੍ਰਿਟੀਜ਼ ਜਗ੍ਹਾ ਤੇ ਐਕਟਰਸ ਜਾਂ ਐਕਟ੍ਰੈਸ ਵੀ ਆ ਸਕਦੇ ਹੋ ਠੀਕ ਆ ਮਤਲਬ ਜਿਹੜੇ ਫੇਮਸ ਲੋਕ ਆ ਹਨਾ ਉਹਨਾਂ ਨੂੰ ਬੁਲਾਉਂਦੇ ਆ ਹੀ ਚੈਟਸ ਵਿਦ them ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਐਂਡ ਜੋਕ ਕਰਾ ਕਰਦੇ ਆ ਉਹਨਾਂ ਦੀਆਂ ਪਾਸ ਮਿਸਟੇਕਸ ਬਾਰੇ ਉਹਨਾਂ ਦੇ ਲਾਈਫ ਸਟਾਈਲ ਬਾਰੇ سوشل میڈیا ਕੰਟੈਂਟ ਮਤਲਬ ਜੋ ਵੀ ਉਹ سوشل میڈیا ਤੇ ਪੋਸਟ ਕਰਦੇ ਆ ਚਾਹੇ ਉਹ ਪਿਕਚਰਸ ਨੇ ਚਾਹੇ ਉਹ ਵੀਡੀਓਜ਼ ਨੇ ਤੇ ਹੋਰ ਬਹੁਤ ਸਾਰਾ ਸਟੱਫ ਉਹਨਾਂ ਦੇ ਰਿਲੇਟਡ ਉਹਦੇ ਉੱਪਰ ਕੀ ਜੋਕ ਕਰੈਕ ਕਰਦੇ ਆ ਗੈਸਟ ਆਲਸੋ ਸ਼ੇਅਰ देयर ਲਾਈਫ ਐਕਸਪੀਰੀਅੰਸ ਵਿਦ ਆਡੀਅנס ਅੱਜ ਦੇ ਮਹਿਮਾਨ ਆਂਦੇ ਉਹਨਾਂ ਦੇ ਸ਼ੋਅ ਦੇ ਵਿੱਚ ਆਪਣੀ ਜ਼ਿੰਦਗੀ ਦਾ ਤਜਰਬਾ ਵੀ ਕੀ ਆਡੀਅנס ਦੇ ਨਾਲ ਜਨਤਾ ਦੇ ਨਾਲ ਕੀਆ ਸ਼ੇਅਰ ਕਰਦੇ ਆ ਮੋਂ ਦੂਸਰਾ ਆਪਣਾ ਕੁਐਸਚਨ ਹੈਗਾ ਹੀ ਨਾ ਕਿ ਤੁਸੀਂ ਇਹ ਪ੍ਰੋਗਰਾਮ ਦੇਖਦੇ ਕੀ ਦੇ ਨਾਲ ਉਹ ਹਨ ਆਈ ਹਵ ਵਾਚ ਥਿਸ ਪ੍ਰੋਗਰਾਮ ਵਿਦ ਮਾਈ ਫੈਮਿਲੀ ਕਿ ਇਹ ਪ੍ਰੋਗਰਾਮ ਮੈਂ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਦੇਖਦੀ ਹਾਂ ਥਿਸ ਕਮਸ ਔਨ ਸੋਨੀ ਚੈਨਲ ਇਹ ਕਿਹੜੇ ਚੈਨਲ ਤੇ ਆਉਂਦਾ ਹੈ ਸੋਨੀ ਚੈਨਲ ਤੇ ਹਰ ਸੈਟਰਡੇ ਤੇ ਸੰਡੇ ਨੂੰ ਕਦੋਂ 9 ਵਜੇ ਥਿਸ ਕਮਸ ਔਨ ਸੋਨੀ ਚੈਨਲ ਐਵਰੀ ਸੈਟਰਡੇ ਐਂਡ ਸੰਡੇ ਐਟ 9 ਪੀਐਮ ਇਟ ਇਜ਼ ਆਲਸੋ ਅਵੇਲੇਬਲ ਔਨ ਨੈਟਫਲਿਕਸ ਇਹ ਕਿ ਨੈਟਫਲਿਕਸ ਤੇ ਵੀ ਅਵੇਲੇਬਲ ਹੈਗਾ ਆਈ ਹੈਵ ਬੀਨ ਵਾਚਿੰਗ ਥਿਸ ਸ਼ੋਅ ਫॉर ਅਬਾਊਟ 3 ਇਅਰਸ ਕਿ ਮੈਂ ਇਹ ਸ਼ੋਅ ਨੂੰ 3 ਸਾਲ ਤੋਂ ਦੇਖ ਰਹੀ ਆ ਐਂਡ ਥਿਸ ਇਜ਼ ਸਟਿਲ ਮਾਈ ਫੇਵਰਿਟ ਤੇ ਅਜੇ ਤੱਕ ਵੀ ਕੀ ਹੈ ਮੇਰਾ ਫੇਵਰਿਟ ਸ਼ੋਅ ਆ ਆਈ ਵਾਚ ਥਿਸ ਸ਼ੋਅ ਬਿਕਾਜ਼ ਆਫ ਸੋ ਮੈਨੀ ਰੀਜ਼ਨ ਮੈਂ ਬਹੁਤ ਸਾਰੇ ਕਾਰਨਾਂ ਕਰਕੇ ਇਹ ਸ਼ੋਅ ਨੂੰ ਵੇਖਦੀ ਆ ਫਰਸਟਲੀ ਇਨ ਥਿਸ ਮਾਡਰਨ ਏਰਾ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਜਿਹੜਾ ਅੱਜ ਕੱਲ ਦਾ ਜਮਾਨਾ ਅੱਜ ਕੱਲ ਦਾ ਸਮਾਂ ਚੱਲ ਰਿਹਾ ਹੈ ਕੰਪੀਟੀਸ਼ਨ ਇਜ਼ ਐਕਸਟ੍ਰੀਮਲੀ ਹਾਈ ਇਨ ਏਵਰੀ ਫੀਲਡ ਹਰ ਇੱਕ ਫੀਲਡ ਦੇ ਵਿੱਚ ਕੀ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਡਿਊ ਟੂ ਵਿਥ ਸਟ्रेस ਹਾਸ ਬਿਕਮ ਐਨ ਇੰਡਿਸਪੈਂਸਿਬਲ ਪਾਰਟ ਆਫ ਆਰ ਲਾਈਵਸ ਜਿਵੇਂ ਕਰਕੇ ਕੀ ਹੈ ਸਟ्रेस ਆਪਣੀ ਜ਼ਿੰਦਗੀ ਦਾ ਇੰਡਿਸਪੈਂਸਿਬਲ ਮਤਲਬ ਆ ਟੁੱਟ ਹਿੱਸਾ ਬਣ ਚੁੱਕਿਆ ਹੈ ਜਿਹਨੂੰ ਆਪਾਂ ਚਾਹ ਕੇ ਵੀ ਅਲੱਗ ਨਹੀਂ ਕਰ ਸਕਦੇ ਕਿ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਆਪਾਂ ਨੂੰ ਸਟ्रेस ਆਟੋਮੈਟਿਕਲੀ ਨੇਚਰਲੀ ਆਂਦਾ ਹੈ ਇਨ ਆਰਡਰ ਟੂ ਟੈਕਲ 올 ਦੋਜ਼ ਵਰੀਜ਼ ਯੋਨੀਆਂ ਜਿੰਨੀਆਂ ਵੀ ਚਿੰਤਾ ਆਪਾਂ ਨੂੰ ਆਉਂਦੀਆਂ ਨੇ ਕੰਪੀਟੀਸ਼ਨ ਹੈ ਕੰਪੀਟੀਸ਼ਨ ਕਹਦਾ ਹੈ ਜੌਬ ਦਾ ਕੰਪੀਟੀਸ਼ਨ ਆ ਸਟੱਡੀ ਦਾ ਕੰਪੀਟੀਸ਼ਨ ਆ ਮਤਲਬ ਜਿਹੜੀਆਂ ਸਾਰੀਆਂ ਟੈਂਸ਼ਨਸ ਨੂੰ ਟੈਕਲ ਕਰਨ ਦੇ ਲਈ ਹੱਲ ਕਰਨ ਦੇ ਲਈ ਕਾਮੇਡੀ ਸ਼ੋਜ਼ ਆਰ ਮੋਸਟ ਕਰੂਸ਼ਲ ਕਾਮੇਡੀ ਸ਼ੋਜ਼ ਕੀ ਬਹੁਤ ਜ਼ਿਆਦਾ ਕਰੂਸ਼ਲ ਆ ਕਰੂਸ਼ਲ ਦਾ ਮਤਲਬ ਹੈਗਾ ਜ਼ਰੂਰੀ ਐਸ ਦੇ ਆਰ ਬੈਸਟ ਸਟ੍ਰੈਸ ਬਸਟਰ ਕਿਉਂ ਜ਼ਰੂਰੀ ਹੈ ਕਿਉਂਕਿ ਇਹਨਾਂ ਦੇ ਨਾਲ ਆਪਣੀ ਕੀ ਟੈਨਸ਼ਨ ਦੂਰ ਹੁੰਦੀ ਆ ਟੈਨਸ਼ਨ ਦੂਰ ਕਰਨ ਦੇ ਲਈ ਵਰਡ ਯੂਜ਼ ਕੀਤਾ ਹੈ ਸਟ੍ਰੈਸ ਬਸਟਰ ਅਪਾਰਟ ਫਰਮ ਦਿਸ 올 ਮਾਈ ਫੈਮਲੀ ਮੈਂਬਰਸ ਆਰ ਹਿਊਜ ਫੈਨ ਆਫ ਦਿਸ ਸ਼ੋ ਹੁਣ ਆਪਾਂ ਕਾਰਨ ਦੱਸਦੇ ਪਈ ਆ ਨਾ ਕਿ ਆਪਾਂ ਦੇਖਦੇ ਕਿਉਂ ਆ ਇੱਕ ਕਾਰਨ ਤੇ ਦੱਸਦਾ ਕਿ ਕੰਪੀਟੀਸ਼ਨ ਬੜਾ ਜ਼ਿਆਦਾ ਹੋ ਗਿਆ ਹੈ ਜਿਹਦੇ ਕਰਕੇ ਆਪਾਂ ਨੂੰ ਟੈਨਸ਼ਨ ਆਉਂਦੀ ਆ ਟੈਨਸ਼ਨ ਨੂੰ ਦੂਰ ਕਰਨ ਦੇ ਲਈ ਕਾਮੇਡੀ ਸ਼ੋਜ਼ ਬਹੁਤ ਜ਼ਰੂਰੀ ਹੈ ਦੂਸਰਾ ਕਾਰਨ ਇਹ 쇼 ਨੂੰ ਵੇਖਣ ਦਾ ਹੈ ਕਿ ਮੇਰੇ ਜਿੰਨੇ ਵੀ ਘਰ ਦੇ ਜੀ ਆ ਨਾ ਮਤਲਬ ਮੇਰੇ ਫੈਮਲੀ ਮੈਂਬਰਸ ਆ ਉਹ ਵੀ ਇਸ 쇼 ਦੇ ਬੜੇ ਵੱਡੇ ਫੈਨ ਆ ਠੀਕ ਆ so this program allows me to spend quality time with my family ਇਹ ਪ੍ਰੋਗਰਾਮ ਮੈਨੂੰ ਅਲਾਉ ਕਰਦਾ ਹੈ ਕਿ ਮੈਂ ਆਪਣੀ ਫੈਮਲੀ ਦੇ ਨਾਲ ਇੱਕ ਅੱਛਾ ਵਧੀਆ ਟਾਈਮ ਕਿਆ ਸਪੈਂਡ ਕਰਾਂ ਹੁਣ ਜਦੋਂ ਆਬਵੀਅਸਲੀ ਆਪਾਂ ਸਾਰੇ ਬੈਠ ਕੇ ਦੇਖਾਂਗੇ ਟੀਵੀ ਤਾਂ ਆਪਾਂ ਇੱਕ ਫੈਮਲੀ ਦੇ ਨਾਲ ਵੀ ਤਾਂ ਟਾਈਮ ਸਪੈਂਡ ਕਰਦੇ ਪਏ ਆ The best thing is that the comedy is clean and has no vulgarity in it. ਕਿ ਜਿਹੜੀ ਕਾਮੇਡੀ ਆ ਜਿਹੜਾ ਹਾਸਾ ਮਜ਼ਾਕ ਕਰਦੇ ਆ ਸ਼ੋ ਦੇ ਵਿੱਚ ਉਹ ਬਹੁਤ ਹੀ ਕਲੀਨ ਆ ਸਾਫ਼ ਸੁਥਰਾ ਹੈ ਕੋਈ ਵਲਗਰ ਕੋਈ ਮਤਲਬ ਅਪਸ਼ਬਦ ਨਹੀਂ ਯੂਜ਼ ਕਰਦੇ ਇਹਦੇ ਵਿੱਚ ਠੀਕ ਆ ਨਾਓ ਅ ਡੇਸ ਡਾਕਟਰਸ ਰეკਮੈਂਡ ਥਿਸ ਐਜ਼ ਅ ਥੈਰੇਪੀ ਫਾਰ ਡਿਪਰੈਸ਼ਨ ਕਿ ਜਿਹੜੇ ਕਾਮੇਡੀ ਸ਼ੋਜ਼ ਆ ਡਾਕਟਰਸ ਉਹਨਾਂ ਨੂੰ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਦੇਖੋ ਕਿਉਂ ਦੇਖੋ ਕਿਉਂਕਿ ਮੋਸਟਲੀ ਆਪਾਂ ਦੇਖ ਹੀ ਲੈਂਦੇ ਆ ਕਿ ਕੋਈ ਨਾ ਕੋਈ ਇਨਸਾਨ ਆ ਜਿਹੜਾ ਕਿ ਡਿਪਰੈਸ਼ਨ ਨੂੰ ਫੇਸ ਕਰਦਾ ਹੈ ਠੀਕ ਆ ਤੇ ਜੇਕਰ ਉਹ ਲਫਟਰ ਸ਼ੋਜ਼ ਜਾਂ ਮਤਲਬ ਕਾਮੇਡੀ ਸ਼ੋਜ਼ ਦੇਖੇਗਾ ਆਬਵੀਅਸਲੀ ਕਿ ਉਹਨੂੰ ਥੋੜਾ ਬਤਾ ਦਾ ਸਟ्रेस ਤੋਂ ਰਾਹਤ ਮਿਲੇਗੀ ਡਾਕਟਰਸ ਕਿ ਐਸਾ ਥੈਰੇਪੀ ਕਾਮੇਡੀ ਸ਼ੋਜ਼ ਨੂੰ ਕੰਸੀਡਰ ਕਰਦੇ ਆ ਲੋਕਾਂ ਨੂੰ ਸਲਾਹ ਦਿੰਦੇ ਆ ਕਿ ਬਈ ਤੁਸੀਂ ਕਾਮੇਡੀ ਸ਼ੋਜ਼ ਜ਼ਰੂਰ ਦੇਖੋ if i get an opportunity to join this show as a participant i surely never miss the boat ki je gar mainu life de vich mauka milda hai ki is show nu matlab as a participant matlab audience ik janta de roop de vich matlab actual ch jaake dekhiye ki is show di kenda paavi hai ki audience bani hai tv de upar is show nu ਰੀਅਲ ਚ ਦੇਖੀਏ ਤਾਂ ਮੈਂ ਇਹ ਚਾਂਸ ਕਦੇ ਵੀ ਮਿਸ ਨਹੀਂ ਕਰਾਂਗੀ ਆਈ ਨੈਵਰ ਮਿਸ ਦਾ ਬੋਟ ਮਤਲਬ ਇਹ ਚਾਂਸ ਮੈਂ ਹੱਥੋਂ ਨਹੀਂ ਗਵਾਵਾਂਗੀ ਜੇਕਰ ਮੈਨੂੰ ਮੌਕਾ ਮਿਲੇ ਉੱਥੇ ਜਾ ਕੇ ਸ਼ੋ ਨੂੰ ਲਾਈਵ ਚ ਵੇਖਣ ਦਾ ਤਾਂ ਮੈਂ ਜ਼ਰੂਰ ਜਾਵਾਂਗੀ ਸੋ ਥਿਸ ਇਜ਼ ਦਾ ਸ਼ੋ ਵਿਚ ਆਈ ਲਵ ਟੂ ਵਾਚ ਸੋ ਇਹ ਉਹ ਸ਼ੋ ਆ ਜਿਹੜਾ ਮੈਂ ਦੇਖਣਾ ਬਹੁਤ ਪਸੰਦ ਕਰਦੀ ਹਾਂ ਸੋ ਹੋਪਫੁਲੀ ਤੁਹਾਨੂੰ ਇਹ ਕਿਊ ਕਾਰਡ ਦੀ ਸਮਝ ਲੱਗੀ ਹੋਗੀ ਜੇਕਰ ਤੁਹਾਨੂੰ ਕੋਈ ਵੀ ਡਾਊਟ ਆ ਜਾਂ ਤੁਸੀਂ ਇਸ ਟੌਪਿਕ ਦੇ ਵਿੱਚ ਕੋਈ ਹੋਰ ਸ਼ੋ ਬਾਰੇ ਗੱਲ ਕਰਨਾ ਚਾਹੁੰਦੇ ਹੋ డు ਕਮੈਂਟਸ ਆਈ ਵਿਲ ਡੈਫੀਨੇਟਲੀ ਮੇਕ ਅ ਵੀਡੀਓ ਫॉर ਯੂ ਥੈਂਕਸ ਫॉर ਵਾਚਿੰਗ ਦਿਸ ਵੀਡੀਓ డు ਸਬਸਕ੍ਰਾਈਬ ਐਂਡ ਹਵ ਅ ਗੁੱਡ ਡੇ